जिला अमृतसर के सरहदी इलाके में अटारी में बच्चों से भरी बस 27 फीट ऊंची तंग पुली से ड्रोन में जा गिरी। हादसे में 7 बच्चों की मौत हो गई और 13 बच्चे गंभीर रूप से घायल हो गए। डीएवी स्कूल की बस में 37 बच्चे थे जो कि छुट्टी के बाद घर जा रहे थे। हादसा ड्राइवर की लापरवाही के कारण हुआ। बच्चों ने बताया कि चलती बस में ड्राइवर सतनाम सिंह निवासी गाँव खेरा तमाकू मल रहा था। इस दौरान बस बेकाबू हुई तो जल्दबाजी में उसने ब्रेक की जगह एक्सीलेटर दबा दिया, जिससे बस पुली की ग्रिल को तोड़ते हुए पानी में जा गिरी। इससे कई बच्चे डूब गए। पानी में जहरीली बूटी भी उगी हुई थी। आसपास के लोगों ने तुरंत पानी में कूदकर बच्चों को निकालने की कोशिश की, लेकिन तब तक 6 बच्चों की मौत हो चुकी थी। घायलों में एक और बच्चे ने दम तोड़ दिया। सभी बच्चे दूसरी और तीसरी क्लास में पढ़ते थे। ड्राइवर फरार है। गाँव नेस्टा स्कूल प्रबंधकों, ड्राइवर सतनाम और बस मालिक के खिलाफ केस दर्ज कर लिया गया है। ਜਿਹੜੇ ਪੁਲ ਦੇ ਵਿੱਚ ਡਿੱਗੀ ਹੈ ਬੱਸ 70% ਡੈਮੇਜ ਆ। ਮੰਤਰੀ MLA ਸਾਰੇ ਇਹਨਾਂ ਪੁਲਾਂ ਦੇ ਥਾਣੇ ਲੰਘ ਕੇ ਜਾਂਦੇ ਨੇ। ਇਹ ਦੱਸਣ ਅੱਜ ਤੱਕ ਵੀ ਪੁਲ ਕਿਉਂ ਨਹੀਂ ਬਣੇ, ਇਹਨਾਂ ਨੂੰ ਨਹੀਂ ਦੀ ਰਹੇ ਕੀ ਗੱਲ। ਅੰਨੇ ਨੇ, ਮੈਂ ਅੰਨੇ ਕਹਾਂਗਾ, ਐਨਕਾਂ ਇਹਨਾਂ ਨੇ ਬਿਲਕੁਲ ਉਹ ਲਾਈਆਂ ਨੇ ਜਿਨ੍ਹਾਂ 'ਚੋਂ ਦਿਸਦਾ ਹੀ ਨਹੀਂ। ਉਹ ਪੁਲਾਂ ਦੇ ਥਾਣੇ ਲੰਘ ਕੇ ਜਾਂਦੇ ਆ, ਕਿਉਂ ਨਹੀਂ ਬਣਾਏ ਇਹਨਾਂ ਨੇ ਪੁਲ ਅੱਜ ਤੱਕ? ਇਹ ਪੈਸਾ ਇਹ ਤੁਹਾਡੇ ਸਾਹਮਣੇ ਹੈਗਾ ਵੀ ਕਿਹੜਾ ਵਿਕਾਸ ਕੀਤਾ ਇਹਨਾਂ ਨੇ, ਦੇਖੋ ਕਿਹੜੀ ਡਿਵੈਲਪਮੈਂਟ ਆ। ਇੱਥੇ ਪਹਿਲਾਂ ਜੇ ਗਿਣਾਂਗੇ ਕਿ ਜੇ ਇਹ ਮੰਤਰੀ ਪੁਲਾਂ ਥਾਣੇ ਲੰਘ ਕੇ ਜਾਂਦੇ ਨੇ, ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਇਹ ਪੁਲ ਲੰਡੇ ਨੇ, ਬਿਲਕੁਲ ਲੰਡੇ ਨੇ। ਲਾਗੋਂ ਦੀ ਕਿ ਸਾਈਕਲ ਵਾਲਾ ਵੀ ਲੰਘ ਸਕਦਾ ਗੱਡੀ ਵਾਲਾ, ਠੀਕ ਹੈ ਜੀ। ਇਹ ਬਿਲਕੁਲ ਰੇਲਿੰਗ ਨਹੀਂ ਹੈਗੀ, ਜਿਹੜਾ ਗੰਦੇ ਨਾਲੇ ਵਾਲਾ ਪੁਲ ਆ ਬਿਲਕੁਲ ਲੰਡਾ, ਬਿਲਕੁਲ ਚਿੱਟਾ। ਦੂਜਾ 70% ਡੈਮੇਜ ਹੈ, ਇਹਨਾਂ ਨੂੰ ਕਿਉਂ ਨਹੀਂ ਦਿੱਤਾ? ਇਹ ਕਿਹੜੇ ਵਿਕਾਸ ਦੀ ਗੱਲ ਕਰਦੇ? ਦੇਖੋ ਇਹ ਤਾਂ ਇਹਨਾਂ ਨੂੰ ਲਾਗਤ ਪਾਈ ਤੋਂ ਪੁੱਛ ਕੇ ਇਹ ਕੰਮ ਕਰਨ ਜਿੰਨੀ ਵੀ ਲਾਗਤ ਅਤੇ ਇਹਦੇ ਵਿੱਚ ਜਿਹਦੇ ਹੱਥ ਪਾਵਰ ਹੈ, ਦੇਖੋ ਪੈਸਾ ਵਰਤਣਾ ਇਹਨਾਂ ਨੇ ਸਰਕਾਰ ਇਹਨਾਂ ਦੀ, ਇਹ ਲਾਗਤ ਪਾਈ ਦਾ ਤਾਂ ਮਤਲਬ ਹੀ ਨਹੀਂ ਹੋਣਾ ਚਾਹੀਦਾ। ਕੋਈ ਇਹਨਾਂ ਨੂੰ ਪੈਸਾ ਯੂਜ਼ ਕਰਨਾ ਚਾਹੀਦਾ, ਜਾਂ ਤਾਂ ਕੋਈ ਰੋਕਦਾ ਵੇ। ਅੱਜ ਤੱਕ ਦੱਸਣ ਵੀ ਕਿੰਨੇ ਰੋਕਿਆ, ਸਾਨੂੰ ਪੁੱਲ ਨਹੀਂ ਬਣਾਉਣ ਦਿੱਤਾ। ਦੇਖੋ ਪਿੰਡ ਵਾਲੇ ਭੋਲੇ ਨੇ, ਨਹੀਂ ਪਤਾ ਇਹ ਮੰਤਰੀ ਜਿਹਨਾਂ ਨੂੰ ਚੁਣਿਆ ਹੁੰਦਾ ਇਹਨਾਂ ਨੂੰ ਤਾਂ ਪਤਾ ਨਾ ਇਹ ਪੁੱਲ ਬਣਨ ਵਾਲੇ ਨੂੰ, ਇਹਨਾਂ ਨੂੰ ਵੀ ਨਹੀਂ ਪਤਾ ਹੈਗਾ। ਜੇ ਪਿੰਡ ਵਾਲੇ ਨਹੀਂ ਪਤਾ ਵਿਚਾਰੇ, ਉਹ ਅਨਐਜੂਕੇਟਡ ਨੇ, ਨਹੀਂ ਪਤਾ ਉਹਨਾਂ ਨੂੰ। ਇਹ ਰਾਊਂਡ ਜਿਹੜੇ ਪੁੱਲ 'ਤੇ ਐਕਸੀਡੈਂਟ ਹੋਇਆ, ਇੱਥੋਂ ਇੱਕ ਗੱਡੀ ਲੰਘੇ ਤਾਂ ਦੂਜੀ ਲਾਗੋਂ ਦੀ ਨਹੀਂ ਲੰਘਦੀ, ਉਹਨੂੰ ਖਲੋਣਾ ਪੈਂਦਾ ਦੂਜੀ ਗੱਡੀ ਨੂੰ। ਇਹ ਨਹਿਰ ਵਾਲਾ ਪੁੱਲ ਆ, ਨਹਿਰ ਵਾਲਾ।